ਹੈਲੋ ਫਰੈਂਡਸ, ਦਿਸ ਇਜ਼ ਹਰਵਿੰਦਰ ਸਿੰਘ ਐਂਡ ਵੈਲਕਮ ਟੂ ਦ ਯੂਟਿਊਬ ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਜਮਾਤ 10ਵੀਂ ਸਾਹਿਤ ਮਾਲਾ ਪੁਸਤਕ ਵਿੱਚੋਂ ਵਾਰਤਕ ਲੇਖ ਜਿਸਦਾ ਨਾਮ ਬੋਲੀ, ਇਸ ਪਾਠ ਦੇ ਪ੍ਰਸ਼ਨ ਉੱਤਰ। ਦੋਸਤੋ, ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਕੀਤੇ ਹਨ, ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਪਾਠ ਨੂੰ ਸਮਝਣਾ ਹੈ ਤਾਂ ਅਸੀਂ ਉਸਦੀ ਇੱਕ ਅਲੱਗ ਤੋਂ ਵੀਡੀਓ ਬਣਾਈ ਹੈ ਜਿਸਦਾ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ, ਅਤੇ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ ਯੂਟਿਊਬ ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਸ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ, ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ? ਇਸਦਾ ਉੱਤਰ ਹੈ, ਲੇਖਕ ਅਨੁਸਾਰ ਜਿਸ ਤਰ੍ਹਾਂ ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ ਅਤੇ ਮੂੰਹ ਤੋਂ ਮਨੁੱਖ ਦੇ ਸਰੀਰ ਦੇ ਸੌਖਪਣ, ਸੁੰਦਰਤਾ ਜਾਂ ਕੋਚ ਬਦਸੂਰਤੀ ਪਛਾਣਿਆ ਜਾਂਦਾ, ਉਸੇ ਤਰ੍ਹਾਂ ਜਾਂ ਉਸ ਤਰ੍ਹਾਂ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਬੋਲੀ ਤੋਂ ਮਨੁੱਖ ਦੀ ਆਤਮਾ ਦੇ ਵਧੀਆ ਜਾਂ ਘਟੀਆ ਹੋਣ ਦਾ ਪਤਾ ਲੱਗਦਾ ਹੈ। ਮਨੁੱਖ ਦੀ ਆਤਮਿਕ ਸੁੰਦਰਤਾ ਦਾ ਪਤਾ ਉਸਦੀ ਬੋਲੀ ਰਾਹੀਂ ਲੱਗਦਾ ਹੈ। ਇਸ ਲਈ ਲੇਖਕ ਨੇ ਕਿਹਾ ਕਿ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ। ਅਗਲਾ ਪ੍ਰਸ਼ਨ ਹੈ, ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿਉਂ? ਇਸਦਾ ਉੱਤਰ ਹੈ, ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿਉਂਕਿ ਬੋਲੀ ਦਾ ਖਜ਼ਾਨਾ ਬਚਪਨ ਦੇ ਚੌਗਿਰਦੇ ਤੋਂ ਜੁੜਨਾ ਸ਼ੁਰੂ ਹੁੰਦਾ ਹੈ। ਬਚਪਨ ਵਿੱਚ ਮਨ ਉਤਰੇ ਚਿੱਤਰੇ ਲਫ਼ਜ਼ ਸਾਨੂੰ ਭੁੱਲਦੇ ਨਹੀਂ ਅਤੇ ਮੋਹਰ ਵਰਗਾ ਕੰਮ ਦਿੰਦੇ ਹਨ। ਜਿੱਥੇ ਸਾਡਾ ਬਚਪਨ ਬੀਤੇ ਉਹ ਸਾਡੇ ਲਈ ਮੋਹਰਾਂ ਦੀ ਖਾਣ ਹੈ। ਬਚਪਨ ਵਿੱਚ ਇਕੱਠੀਆਂ ਕੀਤੀਆਂ ਗਈਆਂ ਮੋਹਰਾਂ ਅਸੀਂ ਜਵਾਨੀ ਦੇ ਬੁਢਾਪੇ ਵਿੱਚ ਬਣਾਉਂਦੇ ਹਾਂ ਅਤੇ ਜਵਾਨੀ ਦੇ ਬੁਢਾਪਾ ਔਖਾ ਜਾਂ ਸੌਖਾ ਝੱਟ ਲੰਘਾਉਂਦੇ ਹਾਂ। ਇਸ ਲਈ ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕਿਉਂ ਦੇਣਾ ਚਾਹੀਦਾ? ਕਿਉਂਕਿ ਬਚਪਨ ਵਿੱਚ ਜਿਹੜਾ ਬੱਚਾ ਜਿਹੜਾ ਸ਼ਬਦ ਸਿੱਖਦਾ ਹੈ ਉਹੀ ਸ਼ਬਦਾਂ ਦੀ ਵਰਤੋਂ ਜਵਾਨੀ ਦੇ ਬੁਢਾਪੇ ਵਿੱਚ ਕਰਦਾ, ਅਤੇ ਇਸ ਕਰਕੇ ਲੇਖਕ ਨੇ ਅਜਿਹਾ ਕਿਹਾ ਹੈ। ਅਗਲਾ ਪ੍ਰਸ਼ਨ ਹੈ, ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ? ਅਤੇ ਇਸਦਾ ਉੱਤਰ ਹੈ, ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਬਹੁਤ ਮਹੱਤਵ ਹੈ। ਬੋਲੀ ਸਾਡੀ ਆਤਮਾ ਦਾ ਚਿੱਤਰ ਹੈ। ਬੋਲੀ ਰਾਹੀਂ ਅਸੀਂ ਆਪਣੇ ਦਿਲ ਦੀ ਗੱਲ ਪ੍ਰਗਟ ਕਰ ਸਕਦੇ ਹਾਂ। ਬੋਲੀ ਵਿਚਲੇ ਲਫ਼ਜ਼ ਸਿੱਕੇ ਅਤੇ ਨੋਟਾਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੀ ਮੰਡੀ ਵਿੱਚ ਬਣਾ ਕੇ ਚਲਾਉਂਦੇ ਹਾਂ। ਜਿਹੜੇ ਮਨੁੱਖ ਆਪਣੇ ਲਫ਼ਜ਼ਾਂ ਵਾਲੀਆਂ ਆਪਣੀ ਬੋਲੀ ਵੱਲ ਧਿਆਨ ਨਹੀਂ ਦਿੰਦੇ ਉਹ ਆਪਣਾ ਪੂਰਾ ਮੁੱਲ ਨਹੀਂ ਪਵਾ ਸਕਦੇ। ਬੋਲੀ ਸਾਡੀ ਸਫਲਤਾ ਦੀ ਕੁੰਜੀ ਹੈ, ਇਹ ਇੱਕ ਮਹਿੰਗੀ ਅਤੇ ਪਿਆਰੀ ਵਿਰਾਸਤ ਹੈ। ਅਗਲਾ ਪ੍ਰਸ਼ਨ ਹੈ, ਲਫ਼ਜ਼ ਦਿਲ ਦੀ ਦੌਲਤ ਦੀ ਮੋਹਰਾਂ ਹੁੰਦੇ ਹਨ, ਕਥਨ ਦੀ ਵਿਆਖਿਆ ਕਰੋ। ਇਸਦਾ ਉੱਤਰ ਅਸੀਂ ਲਿਖ ਸਕਦੇ ਹਾਂ, ਲਫ਼ਜ਼ ਦਿਲ ਦੀ ਦੌਲਤ ਦੀ ਮੋਹਰਾਂ ਹੁੰਦੇ ਹਨ। ਅਸੀਂ ਇਹਨਾਂ ਮੋਹਰਾਂ ਦੀ ਵਰਤੋਂ ਕਰਦਿਆਂ ਹੀ ਜ਼ਿੰਦਗੀ ਗੁਜ਼ਾਰਦੇ ਵੀ ਹਾਂ ਅਤੇ ਇਹਨਾਂ ਨਾਲ ਹੀ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ। ਜੇ ਸਾਡੇ ਦਿਲ ਵਿੱਚ ਦੋਸਤੀਆਂ, ਪਿਆਰ, ਕੁਰਬਾਨੀਆਂ, ਗੀਤਾਂ, ਕਹਾਣੀਆਂ ਅਤੇ ਕੁਦਰਤ ਦੀਆਂ ਛੂਆਂ ਦੀ ਅਮੁੱਕ ਦੌਲਤ ਹੈ ਤਾਂ ਇਸ ਦੇ ਵਰਣਨ ਦਾ ਸਾਧਨ ਬੋਲੀ ਦੇ ਸ਼ਬਦ ਹੀ ਹਨ। ਅਗਲਾ ਪ੍ਰਸ਼ਨ ਹੈ, ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਲਫ਼ਜ਼ ਚੁਣਦੀ ਹੈ, ਕਥਨ ਦੀ ਪੁਸ਼ਟੀ ਕਰੋ। ਅਤੇ ਇਸਦਾ ਉੱਤਰ ਹੈ, ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ। ਹਰ ਇੱਕ ਲਫ਼ਜ਼ ਕਿਸੇ ਤਜ਼ਰਬੇ ਦਾ ਹਿੱਸਾ ਅਤੇ ਹਰ ਤਜ਼ਰਬਾ ਕਿਸੇ ਅਕਲ ਦਾ ਹਿੱਸਾ ਅਤੇ ਅਕਲ ਹੀ ਜ਼ਿੰਦਗੀ ਦੀ ਅਮੀਰੀ ਹੈ ਜਿਸ ਵਿੱਚੋਂ ਬੋਲੀ ਆਪਣੇ ਲਫ਼ਜ਼ ਚੁਣਦੀ ਹੈ। ਇਸ ਕਰਕੇ ਕਿਹਾ ਗਿਆ ਹੈ ਕਿ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਲਫ਼ਜ਼ ਚੁਣਦੀ ਹੈ। ਅਗਲਾ ਪ੍ਰਸ਼ਨ ਹੈ, ਬੋਲੀ ਵਿੱਚ ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ? ਇਸਦਾ ਉੱਤਰ ਹੈ, ਬੋਲੀ ਦਾ ਖਜ਼ਾਨਾ ਬਚਪਨ ਦੇ ਚੌਗਿਰਦੇ ਜਾਂ ਬਚਪਨ ਦੇ ਆਲੇ ਦੁਆਲੇ ਤੋਂ ਜੁੜਨਾ ਸ਼ੁਰੂ ਹੁੰਦਾ ਹੈ। ਬਚਪਨ ਵਿੱਚ ਮਨ ਉੱਤੇ ਚਿੱਤਰੇ ਲਫ਼ ਸਾਨੂੰ ਨਹੀਂ ਭੁੱਲਦੇ ਅਤੇ ਮੋਹਰ ਵਰਗਾ ਕੰਮ ਦਿੰਦੇ ਹਨ। ਇੱਕ ਇੱਕ ਮੋਹਰ ਅਸੀਂ ਅਨੇਕਾਂ ਸਿੱਕਿਆਂ ਵਿੱਚ ਵਟਾਉਂਦੇ ਹਾਂ ਅਤੇ ਸਾਡੇ ਖਜ਼ਾਨੇ ਦੀਆਂ ਪੇਟੀਆਂ ਛਟਕਣ ਲੱਗ ਪੈਂਦੀਆਂ ਹਨ। ਇਸ ਲਈ ਜਿੱਥੇ ਸਾਡਾ ਬਚਪਨ ਬੀਤੇ ਉਹ ਸਾਡੇ ਲਈ ਮੋਹਰਾਂ ਦੀ ਖਾਣ ਹੈ ਅਤੇ ਬਚਪਨ ਵਿੱਚ ਬੋਲੀ ਦਾ ਖਜ਼ਾਨਾ ਸਾਨੂੰ ਅਮੀਰ ਬਣਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਮਨੁੱਖੀ ਸ਼ਖਸੀਅਤ ਲਈ ਤਜ਼ਰਬੇ ਅਤੇ ਮੌਕਿਆਂ ਦੀ ਕੀ ਦੇਣ ਹੈ? ਅਤੇ ਇਸਦਾ ਉੱਤਰ ਹੈ, ਮਨੁੱਖੀ ਸ਼ਖਸੀਅਤ ਲਈ ਤਜ਼ਰਬੇ ਅਤੇ ਮੌਕਿਆਂ ਦੀ ਦੇਣ ਬਹੁਤ ਹੀ ਵੱਡੀ ਅਤੇ ਮਹੱਤਵਪੂਰਨ ਹੈ।
ਕਿਉਂਕਿ ਤਜਰਬੇ ਹੀ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਹਨ ਅਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ। ਵੇਖਣਾ, ਖੇਡਣਾ, ਮਿਲਣਾ, ਪਿਆਰ ਨਾਲ ਕੁਝ ਜੋੜਨਾ, ਕੁਝ ਤੋੜਨਾ ਆਦਿ ਅਜਿਹੇ ਤਜਰਬੇ ਹਨ ਜੋ ਮਨੁੱਖੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਹਨ। ਤੇ ਦੋਸਤੋ, ਐਸੇ ਕਿ ਇਸ ਪਾਠ ਦੇ ਪ੍ਰਸ਼ਨ ਉੱਤਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਪਾਠ ਨੂੰ ਸਮਝਣਾ ਹੈ ਜਾਂ ਬਹੁ ਵਿਕਲਪੀ ਪ੍ਰਸ਼ਨ ਵੀ ਕਰਨੇ ਤਾਂ ਅਸੀਂ ਉਹਨਾਂ ਦੀਆਂ ਅਲੱਗ ਤੋਂ ਵੀਡੀਓਜ਼ ਬਣਾਈਆਂ ਹਨ, ਜਿਨ੍ਹਾਂ ਦੇ ਲਿੰਕ ਬਹੁਤ ਹੀ ਜਲਦ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਜਾਣਗੇ ਤੇ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤੇ ਗਏ ਹਨ। ਤੇ ਪਾਠ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।